लगता था कि नहीं जा पाएंगे क्योंकि 5 डेज से बंद था बट फ्लड्स के कारण, बट अभी जैसे ही हमको पता चला कि हम जा सकते हैं बहुत खुश हैं। एंड बस यही प्रे करेंगे कि सब ठीक हो जाए, नॉर्मल हो जाए, यही तरह दर्शन चलता रहे, कभी रुके मत। ਕੀ ਅਰਦਾਸ ਕਰੋਗੇ ਜਾ ਕੇ ਕਿਉਂਕਿ ਹੜ੍ਹ ਦਾ ਮਹਾਰਾਜ ਸਰਬੱਤ ਦਾ ਭਲਾ ਕਰੇ, ਜਿਹਨਾਂ ਨੂੰ ਪਾਣੀ ਦੇ ਮਾਰ ਹੇਠੇ ਮਾਰ ਉਹਨਾਂ ਦੀ ਵੀ ਕਿਰਪਾ ਕਰੇ, ਉਹਨਾਂ ਨੂੰ ਜਾ ਰਹੇ ਨੇ ਅਸੀਂ 4 ਜਣੇ ਜਾ ਰਹੇ ਹਾਂ। अभी हम लोग जा रहे हैं करतारपुर के लिए दर्शन के लिए एंड हमने बहुत सारा मतलब वेट किया है। पहले तो हमको ऐसा था कि नहीं जा पाएंगे क्योंकि 5 डेज से बंद था बट फ्लड्स के कारण, बट अभी जैसे ही हमको पता चला कि हम जा सकते हैं बहुत खुश हैं। आज मेरे भाई का बर्थडे भी है सो वी आर वेरी हैप्पी कि हमें अलाउ किया गया आज गवर्नमेंट ने। एंड बस यही प्रे करेंगे कि सब ठीक हो जाए, नॉर्मल हो जाए, यही तरह दर्शन चलता रहे, कभी रुके मत। एंड बस खुश है जी, फर्स्ट टाइम है। इच्छा लेके जा रहे हो? बस ब्लेसिंग्स चाहिए बाबा जी की कि सब अच्छा रहे, यूं ही अच्छा सब चलता रहे, फैमिली सब जगह, सब जो पंजाब में कंडीशंस चल रही हैं सब जगह फ्लड्स वगैरह सब नॉर्मल रहे और सब ठीक रहे, सब खुश रहे। मेरा नाम नवनीत कौर पाटिया है। हाँ। और मैं आज करतारपुर गुरुद्वारे दर्शन वास्ते आई हूँ। बहुत खुशी है मैनू आज की, मैंने आज मैं दर्शन का मौका दिता है। हाँ। और आज मैंने अरदास अपने बच्चे का, आज मेरा बर्थडे है मेरे बेटे का, तो आज मैं ऐसे दिन का आज चॉइस किया कि मैं ऐसे दिन करतारपुर जाऊँगी। आज मैं बहुत खुशी है कि मैं अपने बच्चे से आज दिन इतने अरदास करवाऊंगी। पंजाब के वास्ते असं अरदास करांगे कि अगों सब बच्चों को सारे सात संगत को दर्शन का मौका मिले और सारे इतने आके दर्शन करो। ਚਲੋ ਅਸੀਂ ਤਾਂ ਵੈਸੇ ਸਾਡੀ ਟਿਕਟ ਅੱਜ ਦੀ ਸੀ, ਵੈਸੇ ਚਲੋ 5 ਤਰੀਕ ਦਾ ਸੀ ਤਾਂ ਵੈਸੇ 5-4 ਦਿਨ ਬੰਦ ਰਿਹਾ ਵਾ ਪਾਣੀ ਦੇ ਕਾਰਨ। ਚਲੋ ਖੁੱਲਿਆ, ਮਹਾਰਾਜ ਬਹੁਤ ਕਿਰਪਾ ਹੋਈ ਹੈ। ਕੀ ਅਰਦਾਸ ਕਰੋਗੇ ਜਾ ਕੇ ਕਿਉਂਕਿ ਹੜ੍ਹ ਦਾ? ਮਹਾਰਾਜ ਸਰਬੱਤ ਦਾ ਭਲਾ ਕਰੇ, ਜਿਹਨਾਂ ਨੂੰ ਪਾਣੀ ਦੇ ਮਾਰ ਹੇਠੇ ਮਾਰ ਉਹਨਾਂ ਦੀ ਵੀ ਕਿਰਪਾ ਕਰੇ, ਉਹਨਾਂ ਨੂੰ ਜਾ ਰਹੇ ਨੇ ਅਸੀਂ 4 ਜਣੇ ਜਾ ਰਹੇ ਹਾਂ। ਪਹਿਲੀ ਵਾਰੀ ਜਾ ਰਹੇ ਜਾਂ? ਹਾਂ ਪਹਿਲੀ ਵਾਰੀ ਜਾ ਰਹੇ। ਇਹ ਲੱਗ ਰਿਹਾ ਤੁਹਾਨੂੰ? ਬਹੁਤ ਵਧੀਆ ਲੱਗ ਰਿਹਾ ਜੀ। ਯਾਤਰਾ ਬੰਦ ਸੀ? ਹਾਂਜੀ ਯਾਤਰਾ ਬੰਦ ਸੀ, ਬੜਾ ਮਨ 'ਚ ਹੈ ਸੀ ਕਿ ਅਸੀਂ ਦਰਸ਼ਨਾਂ ਲਈ ਜਾਣਾ ਹੈ ਅਤੇ ਵਾਹਿਗੁਰੂ ਰਸਤਾ ਖੁੱਲ੍ਹ ਜੇ ਅਤੇ ਅਸੀਂ ਯਾਤਰਾ ਕਰੀਏ, ਗੁਰਮਾਹ ਦੇ ਦਰਸ਼ਨ ਕਰੇ। ਵਾਹਿਗੁਰੂ ਮਹਾਰਾਜ ਸਰਬੱਤ ਦਾ ਭਲਾ ਕਰੇ, ਪਰਿਵਾਰ ਨੂੰ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ। ਮੈਨੂੰ ਪਤਾ ਹੈ ਜੀ, ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ 'ਤੇ ਪਿਛਲੇ ਦਿਨੋਂ ਜਦੋਂ ਰਾਵੀ ਦਰਿਆ ਦਾ ਪਾਣੀ ਚੜਿਆ ਸੀ, ਸਾਡੇ ਕੁਛ ਸ਼ਖਸ ਨੂੰ ਤੁਸੀਂ ਵੱਲੋਂ ਨੁਕਸਾਨ ਕਰ ਗਿਆ ਸੀ, ਸੜਕਾਂ ਨੂੰ ਵੀ ਪਾੜ ਗਿਆ ਸੀ। ਉਹ ਪਿਛਲੇ 2 ਦਿਨਾਂ 'ਚ ਕਾਫੀ ਵੱਡੇ ਸਤਰ 'ਤੇ ਲੈਂਡਪੋਰਟ ਅਥਾਰਟੀ ਆਫ ਇੰਡੀਆ ਅਤੇ BSF ਅਫੀਸ਼ੀਅਲਸ ਅਤੇ ਬਿਊਰੋ ਆਫ ਇਮੀਗ੍ਰੇਸ਼ਨ ਦੇ ਅਫੀਸ਼ੀਅਲਸ ਨੇ ਮਿਲ ਕੇ ਅਤੇ ਸਾਡੇ ਗਵਰਨਮੈਂਟ ਦੇ ਪੰਜਾਬ ਗਵਰਨਮੈਂਟ ਦੇ ਅਫੀਸ਼ੀਅਲਸ ਨੇ ਮਿਲ ਕੇ ਸਾਰੀ ਜਿਹੜੀ ਹੈ ਤੁਰੰਤ ਰਿਪੇਅਰ ਕਰਵਾਈ ਹੈ। ਸਾਡੇ ਸਾਈਡ ਹੁਣ ਤੁਸੀਂ ਬੰਦ ਵੀ ਅਤੇ ਸੜਕ ਵੀ ਚੰਗੀ ਤਰ੍ਹਾਂ ਰਿਪੇਅਰ ਕਰਵਾ ਦਿੱਤੀ ਗਈ ਹੈ। ਅਸੀਂ ਚਾਹੁੰਦੇ ਸੀ ਕਿ ਪਾਕਿਸਤਾਨ ਦੀ ਸਾਈਡ ਤੋਂ ਵੀ ਜੋ ਕੋਈ ਨੁਕਸਾਨ ਹੋਇਆ ਸੀ ਉਹਦੀ ਭਰਪਾਈ ਦਾ ਸਾਨੂੰ ਕੋਈ ਸੂਚਨਾ ਮਿਲ ਜਾਂਦੀ, ਬਟ ਕੋਈ ਅਫੀਸ਼ੀਅਲ ਇਨਫੋਰਮੇਸ਼ਨ ਸਾਨੂੰ ਹਜੇ ਤੱਕ ਨਹੀਂ ਆਈ ਹੈ। ਅਸੀਂ ਕਈ ਵਾਰ ਰਿਕੁਐਸਟ ਕੀਤੀ, ਇਨਫੋਰਮਲੀ ਸਾਨੂੰ ਦੱਸਿਆ ਗਿਆ ਕਿ ਉੱਥੇ ਵੀ ਹਾਲਾਤ ਹੁਣ ਠੀਕ ਨੇ। ਸੋ ਇਸ ਕਰਕੇ ਯਾਤਰੀਆਂ ਦੀ ਸੁਵਿਧਾ ਨੂੰ ਵੇਖਦੇ ਹੋਏ, ਉਹਨਾਂ ਦੇ ਕੰਫਰਟ ਲੈਵਲ ਨੂੰ ਵੇਖਦੇ ਹੋਏ ਅਸੀਂ ਇਹ ਕੋਰੀਡੋਰ ਦੀ ਯਾਤਰਾ ਸ਼ੁਰੂ ਕਰ ਰਹੇ ਨੇ। ਪਰ ਨਾਲ ਹੀ ਸਾਰੇ ਲੋਕਾਂ ਨੂੰ ਇਹ ਵੀ ਸਲਾਹ ਦਿੰਦੇ ਹਾਂ, ਐਡਵਾਈਜ਼ਰੀ ਜਾਰੀ ਕਰ ਰਹੇ ਹਾਂ ਕਿ ਜਿੱਥੇ ਤੱਕ ਹੋ ਸਕਦਾ ਹੈਗਾ ਜਿਹੜੇ ਬਹੁਤ ਹੀ ਅਸੈਂਸ਼ੀਅਲ ਕੇਸਿਸ ਨੇ, ਜਿਹੜੇ ਕੋਈ ਬਾਹਰੋਂ ਆਏ ਨੇ ਜਿਨ੍ਹਾਂ ਨੇ ਬਹੁਤ ਹੀ ਜ਼ਰੂਰੀ ਯਾਤਰਾ ਬੋਲੀ ਹੋਈ ਸੀ, ਉਹੀ ਇੱਥੇ ਟਰੈਵਲ ਕਰਨ। ਜਿਹੜੇ ਕੋਈ ਲੋਕਲ ਨੇ, ਯੰਗ ਨੇ, ਦੁਬਾਰਾ ਅਪੁਆਇੰਟਮੈਂਟ ਲੈ ਸਕਦੇ ਨੇ, ਉਹ ਹਜੇ ਅਵੋਇਡ ਕਰਨ, ਕਿਉਂਕਿ ਹਜੇ ਵੀ 2-3 ਦਿਨ ਜਿਹੜੇ ਨੈਕਸਟ ਹੈ ਉਮੀਦ ਦੀ ਸੰਭਾਵਨਾ ਇਸ ਏਰੀਆ 'ਚ ਬਣੀ ਹੋਈ ਹੈ। ਅਸੀਂ ਨਹੀਂ ਚਾਹੁੰਦੇ ਕਿ ਕੋਈ ਬਜ਼ੁਰਗ ਬੱਚੇ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਬਿਮਾਰ ਉਹਨੂੰ ਕੋਈ ਇਨਕਨਵੀਨੀਅੰਸ ਹੋਵੇ, ਕੋਈ ਮੀਂਹ ਆਉਣ ਨਾਲ ਜਾਂ ਦੁਬਾਰਾ ਜੇ ਪਾਣੀ ਦਾ ਸਤਰ ਵੱਧਦਾ, ਪਰ ਅਦਰਵਾਈਜ਼ ਕੋਰੀਡੋਰ ਜਿਹੜਾ ਕਰਨ ਲਈ ਖੋਲ ਦਿੱਤਾ ਜਾਵੇ। ਸਰ ਜਿਹੜਾ ਬਿਲਕੁਲ ਜੀ, ਜਿਹੜਾ ਸਾਡੀ ਸੜਕ ਡੈਮੇਜ ਹੋਈ ਸੀ ਉਸ ਨੂੰ ਵੀ ਰਿਪੇਅਰ ਕਰ ਦਿੱਤਾ ਗਿਆ ਹੈਗਾ ਸੜਕ ਖੋਲ੍ਹਣ ਲਈ, ਉਹਦਾ ਜਿਹੜੀ ਮੇਜਰ ਰਿਪੇਅਰ ਆ ਨਾਲ ਨਾਲ ਚੱਲਦੀ ਰਹਿਣੀ ਹੈ। ਜਿਹੜਾ ਸਾਡਾ ਤੁਸੀਂ ਦੇ ਪੁੱਲ ਦੇ ਥੱਲੇ ਵੀ ਨੁਕਸਾਨ ਹੋਇਆ ਸੀ ਉਹਨੂੰ ਵੀ ਵਾਪਸ ਸਟ੍ਰੈਂਥਨ ਕਰ ਲਿਆ ਗਿਆ, ਸੋ ਇਸ ਕਰਕੇ ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਐਕਸਾ ਵੀ ਕਰ ਸਕਦੇ? ਹਾਂਜੀ, ਲਗਭਗ 700 ਤੋਂ 800 ਜਿਹੜੇ ਯਾਤਰੀ ਸੀਗੇ, ਇਹ ਇੱਕ ਵੈਬਸਾਈਟ 'ਤੇ ਜਾ ਕੇ ਅਪੁਆਇੰਟਮੈਂਟ ਲੈਣੀ ਹੁੰਦੀ ਹੈਗੀ, ਦੁਬਾਰਾ ਜਿਹੜੀ ਅਪੁਆਇੰਟਮੈਂਟ ਲੈ ਕੇ ਦੁਬਾਰਾ ਮੁੜ ਟਰੈਵਲ ਕਰ ਸਕਦੇ ਹਾਂ, ਕੋਈ ਉਹਨਾਂ ਨੂੰ ਕੋਈ ਮੋਨੀਟਰੀ ਨੁਕਸਾਨ ਨਹੀਂ ਹੋਣਾ ਹੈਗਾ।